हेलो व्हाट्स अप गाइस ते हुन बज रहा रात दे किन्ने बज रहा ओए 15 10 टाइम दस किन्ना दोबारा चल टाइम दस किन्ना हो गया पौने 10 9:30 हो गए 9:30 हो गए ते असी आए सीगे मार्केट दे विच ते लगभग टोटली सारीयां शॉपां बंद हो चुकियां ने ते शेंटी दा वीरे ਜੀ ਨਹੀਂ ਲੱਗ ਰਿਹਾ ਸੀਗਾ ਮੈਂ ਇਹਨੂੰ ਮੰਡੀ ਘਵਾਂਗੇ ਲਈ ਬਰਗਰ ਖਵਾ ਕੇ ਹੁਣ ਅਸੀਂ ਜਾ ਰਹੇ ਹਾਂਗੇ ਸਾਡੇ ਲਈ ਸਿਰਫ ਉਰੇ ਦੋ ਸਟਾਲਾਂ ਨੇਗੀਆਂ ਇੱਕ ਇੱਧਰ ਬਰਗਰ ਵਾਲੀ ਅਤੇ ਇੱਕ ਇੱਧਰ ਹੈਗੀ ਠੀਕ ਹੈ ਇੱਧਰ ਬ੍ਰਦਰ ਹਾਂ ਦੋ ਨੇ ਨਾ ਬੰਨ ਇੱਕ ਹੈਗੀ ਇੱਕ ਅਤੇ ਮਾਰਕੀਟ ਸਾਰੀ ਕਲੋਜ਼ ਹੋ ਗਈ ਹੈ ਹਾਂ ਵੀਡੀਓ ਸ਼ੂਟਾਂ ਵਾਲੀ ਦੁਕਾਨ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਸ਼ੋਪ ਦੇ ਉੱਤੇ ਉੱਥੇ ਦੇਖਦੇ ਹਾਂਗੇ ਕੀ ਮਿਲਦਾ ਦੇਸੀ ਘਿਓ ਚ ਬਣਾਉਂਦੇ ਵੀਰੇ ਬਰਗਰ ਇਹ ਦੇਸੀ ਘਿਓ
ਇਹਨਾਂ ਨੂੰ ਬਚਾਲੋ ਕੱਟ ਦੀਆਂ ਅੱਛਾ ਉਹ ਕਰਕੇ ਦੋਵਾਂ ਨੂੰ ਹਾਂ ਦੋਵਾਂ ਨੂੰ ਬਚਾਲੋ ਕੱਟ ਦੀਆਂ ਇੱਕ ਫੁੱਲ ਕ੍ਰਿਸਪੀ ਕਰਨਾ ਹੈ ਹਾਂ ਇੱਕ ਫੁੱਲ ਕ੍ਰਿਸਪੀ ਇੱਕ ਗਲੇ ਨਿਊਟਰਲ ਵਾ ਦੋਏ ਕੱਟ ਲਓ ਇਹ ਕਿਹੜਾ ਗਾ ਫੁੱਲ ਕ੍ਰਿਸਪੀ ਫੜੀ ਸੈਂਟੀ ये कौन सा है ये मिक्स है चलो आ जाओ ये अभी बालाराम प्लेट दियो कोई ਪਲੇਟ ਚ ਧਰ ਲਾ ਇੱਧਰ ਆ ਜਾ ਨਹੀਂ ਸ਼ੈਂਟੀ ਓਏ ਖਾ ਕੇ ਦੱਸ ਕਿਵੇਂ ਹੈ ਬਹੁਤ ਟੇਸਟੀ ਹੈ ਟੇਸਟੀ ਹੈ ਇੱਕ ਵਾਰ ਖਾਓਗੇ ਬਾਰ ਬਾਰ ਆਉਂਗੇ ਅੱਛਾ ਅਮਨ ਦੱਸ ਦਿਨ ਤੋਂ ਕਿਹੜਾ ਹੈ ਫੁੱਲ ਕ੍ਰਿਸਪੀ ਹੈ ਨਾ ਹਾਂ ਫੁੱਲ ਕ੍ਰਿਸਪੀ ਸਿਰਾ ਗੱਲ ਲਵਾਤਾ ਬਾਈ ਸਿਰਾ ਗੱਲ ਲਵਾਤਾ ਓਕੇ ਦੀ ਰਿਪੋਰਟ ਆਇਆ ਤੂੰ ਵੀ ਟੇਸਟ ਕਰ ਲਾ ਹਾਂ ਇਹ ਵੀਰੇ ਉਹ ਸੀ ਕ੍ਰਿਸਪੀ ਵਾਲੇ ਸੀਗੇ ਸੈਲਡ ਬਰਗਰ ਅਤੇ ਇਹ ਨਿਊਡਲ ਵਾਲੇ ਬਰਗਰ ਆ ਗਏ ਉਹਦੇ ਵਿੱਚ ਇਹਨਾਂ ਦੀ ਨਿਊਡਲ ਹੁੰਦੀ ਆ ਠੀਕ ਹੈ ਕਿਵੇਂ ਲੱਗਿਆ ਬਹੁਤ ਟੇਸਟੀ ਨੇ ਵੀਰੇ ਅਤੇ ਇਹਦੇ ਵਿੱਚ ਨਾ ਦੇਖੋ ਖੀਰਾ ਪਿਆਜ ਟਮਾਟਰ ਨਿਊਡਲ ਅਤੇ ਟਿੱਕੀ ਵਗੈਰਾ ਸਭ ਕੁਛ ਹੈਗਾ ਅਤੇ ਸਾਰਿਆਂ ਦਾ ਪਨੀਰ ਇਹ ਸਾਰਿਆਂ ਦਾ ਟੇਸਟ ਨਾ ਇੱਕੋ ਆ ਰਿਹਾ ਗਾ ਇੱਕ ਬਾਈਟ ਦੇ ਵਿੱਚ ਇੱਦਾਂ ਨਹੀਂ ਹੈ ਵੀ ਕਿਸੇ ਦੇ ਵੀ ਮਤਲਬ ਕਿ ਇਕੱਲੇ ਪਿਆਜ ਦਾ ਆ ਰਿਹਾ ਜਾਂ ਇਕੱਲੇ ਨਿਊਡਲ ਦਾ ਆ ਰਿਹਾ ਗਾ ਸਾਰਿਆਂ ਦਾ ਟੇਸਟ ਆ ਜਿਹੜਾ ਇੱਕੋ ਆ ਰਿਹਾ ਗਾ ਅਤੇ ਬਰਗਰ ਬਹੁਤ ਜ਼ਿਆਦਾ ਟੇਸਟੀ ਆ ਅਤੇ ਹੁਣ ਅਸੀਂ ਲਹਿਰੇ ਕਾਕਾ ਵਿਖੇ ਆਏ ਹੋਏ ਸੀਗੇ ਅਨਾਜ ਮੰਡੀ ਨੀਅਰ ਇੱਕ ਵੱਡਾ ਮੰਦਰ ਹੈ ਇੱਥੇ ਅਤੇ ਉਹਦੇ ਸਾਹਮਣੇ ਇੱਕ ਅਨਾਜ ਮੰਡੀ ਹੈ ਛੋਟੀ ਉੱਥੇ ਇੱਕ ਸਟਰੀਟ ਫੂਡ ਦੀ ਰੇਹੜੀ ਹੈ ਸਟਾਲ ਹੈ ਇੱਥੇ
ਉੱਥੇ ਆਪਾਂ ਨੇ ਹੁਣ ਔਡਰ ਕੀਤਾ ਹੋਇਆ ਸੀਗਾ ਨਿਊਡਲ ਅਤੇ ਖਾ ਕੇ ਤੁਹਾਨੂੰ ਦੱਸ ਦਿਓ ਹੁਣ ਕਿੱਦਾਂ ਬਣੇ ਆ ਹੈਪੀ ਟੇਸਟ ਕਰੋ ਸਿਰਾ ਗੱਲਬਾਤ ਹੈ ਆਪਣਾ ਵੀਰ ਹੈ ਅਸੀਂ ਰੈਗੂਲਰ ਕਸਟਮਰ ਹਾਂ ਇਹਨਾਂ ਦੇ ਆਉਂਦੇ ਰਹਿੰਦੇ ਹਾਂ ਅਸੀਂ ਅਤੇ ਤੂੰ ਦੱਸ ਆਇਓ ਕਿੱਧਰ ਆ ਜਾਓ ਲੱਭ ਗਿਆ ਤੂੰ ਲੱਭ ਗਿਆ ਕਿਵੇਂ ਲੱਗੀ ਸਿਰਾ ਗੱਲਬਾਤ ਆ ਬਾਈ ਦੀ ਆਪਣਾ ਇੱਥੇ ਮੰਦਰ ਦੇ ਨੀਅਰ ਹੀ ਆਪਣੇ ਦੇ ਬਾਈ ਦੀ ਸਟਾਲ ਹੈ ਸਟਾਲ ਦਾ ਨਾਮ ਦਿਖਾਈਓ ਬਾਲਾ ਰਾਮ ਦੀ ਸਟਾਲ ਹੈ ਇੱਥੇ ਇੱਥੇ ਵਧੀਆ ਸਟ੍ਰੀਟ ਫੂਡ ਮਿਲਦਾ ਇੱਥੇ ਆਇਆ ਕਰੋ ਸਾਰੀ ਅਤੇ ਵੀਰੇ ਅਸੀਂ ਹੁਣ ਆਏ ਸੀਗੇ ਬਰਗਰ ਵਾਲੀ ਸਟਾਲ ਦੇ ਉੱਤੇ ਅਤੇ ਉੱਥੇ ਨਾ ਕੁਝ ਕੁ ਸਾਡੇ ਮਿੱਤਰ ਮਿਲਣੇ ਨੇ ਸਾਡੇ ਲਹਿਰਾ ਗਾਗਾ ਦੀ ਨੇ ਲੋਕਲੀ ਨੇ ਅਤੇ ਐਕਚੁਅਲੀ ਇਹ ਸਾਡੇ ਸਬਸਕ੍ਰਾਈਬਰ ਨੇ ਤਾਂ ਵੀਰੇ ਦੱਸੋ ਤੁਹਾਨੂੰ ਬਲੌਗ ਕਿਵੇਂ ਲੱਗਦੇ ਆ ਹੈਲੋ ਬਾਈ ਔਰ ਬਾਈ ਬਹੁਤ ਵਧੀਆ ਬਲੌਗ ਬਣਾਉਂਦੇ ਨੇ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ 'ਤੇ ਕਲਿੱਕ ਕਰੋ ਲਾਈਕ ਵੱਧ ਤੋਂ ਵੱਧ ਦਿਓ ਅਤੇ ਬਹੁਤ ਵਧੀਆ ਵੀਡੀਓ ਹੁੰਦੀ ਇਹਨਾਂ ਦੀ ਅਤੇ ਬਾਕੀ ਸਾਰਿਆਂ ਨੂੰ ਧੰਨਵਾਦ ਜਿਹੜੇ ਦੇਖਦੇ ਨੇ ਹੈਪੀ ਵੀਰੇ ਬਹੁਤ ਵਧੀਆ ਬੰਦਾ ਓਕੇ ਥੈਂਕ ਯੂ ਵੀਰੇ ਆਹ ਬੰਦਾ ਵੀ ਬਹੁਤ ਘੈਂਟ ਹੈ ਇਹਨੂੰ ਅਸੀਂ ਬਰਗਰ ਵਾਲੇ ਤੋਂ ਅਸੀਂ ਆ ਗਏ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਘਰੇ ਅਤੇ ਠੰਡ ਬਹੁਤ ਹੈ ਧੁੰਦ ਪੈ ਰਹੀ ਹੈ ਅਤੇ ਅੱਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਫਰੈਂਡਸ ਫੈਮਿਲੀ ਨਾਲ ਸ਼ੇਅਰ ਕਰੋ ਤੁਹਾਨੂੰ ਮਿਲਦਾ ਨੈਕਸਟ ਵੀਡੀਓ 'ਚ ਥੈਂਕਸ ਫੋਰ ਵਾਚਿੰਗ